हाँ जी, सत श्रीकाल जी सारे नू। हुण है साडे कोल साडी वर्कशीट जिहड़ी 3 है उसका भाग नंबर 2 क्लास साडे कोल है जिहड़ी के 6th वर्कशीट साडी है 3 जिसका नाम है साडे कोल संपूर्ण संख्यावां। ठीक है, सवाल नंबर कर रहे हैं जी 7। अगर वधिया लग रहा है तां चैनल नू सबसक्राइब करो तां कि तुहानू जिहड़ियां नवीआं नवीआं वीडियोज़ आ नू साडे कोल पहलां ही साडे फोन ते जिहड़ा कि पहुँच सकदियां हन। तो क्वेश्चन नंबर है साढ़े को 7। सो सानू कि दिता हुआ एक स्कूल की कंटीन हर रोज दोपहर के खाने के लिए 20 रुपए और दुध के लिए 4 रुपए लेंदी 4 रुपए लेंदी है। देखो जिस तरह स्टेटमेंट पढ़ी उस तरह असी लिखना लिख लेना है। खाने दे सॉरी खाने दे ਲਈ ਰੋਜ਼ ਦਾ ਖਰਚ ਸਾਡੇ ਕੋਲ ਖਾਣੇ ਦੇ ਲਈ ਕਿੰਨਾ ਖਰਚ ਲਿਆ ਜਾਂਦਾ ਹੈ ਹਰ ਰੋਜ਼ 20 ਰੁਪਏ ਲਏ ਜਾਂਦੇ ਹਨ। ਠੀਕ ਹੈ, ਇਸ ਤਰ੍ਹਾਂ ਹੀ ਦੁੱਧ ਦੇ ਲਈ ਰੋਜ਼ ਦਾ ਖਰਚ ਦੁੱਧ ਦੇ ਕਿੰਨੇ ਪੈਸੇ ਰੋਜ਼ ਦਿੰਦੇ ਹਨ 4 ਰੁਪਏ। ਫਿਰ ਲਿਖਿਆ ਸਾਡੇ ਕੋਲ ਤੁਸੀਂ 5 ਦਿਨਾਂ ਵਿੱਚ ਇਹਨਾਂ ਚੀਜ਼ਾਂ 'ਤੇ ਕਿੰਨਾ ਖਰਚ ਕਰੋਗੇ। ਮਤਲਬ ਕਿ 5 ਦਿਨ ਅਸੀਂ ਕੰਟੀਨ ਤੋਂ ਰੋਟੀ ਵੀ ਲੈ ਰਹੇ ਹਾਂ ਦੁੱਧ ਵੀ ਲੈ ਰਹੇ ਹਾਂ ਅਤੇ ਅਸੀਂ ਦੱਸਣਾ ਹੈ ਕਿ ਕਿੰਨੇ ਅਸੀਂ 5 ਦਿਨਾਂ ਦੇ ਵਿੱਚ ਜਿਹੜਾ ਟੋਟਲ ਜਿਹੜਾ ਖਰਚ ਅਸੀਂ ਉੱਥੇ ਕਰਦੇ ਹਾਂ। ਸੋ ਇੱਕ ਦਿਨ ਦਾ ਖਰਚਾ 20 ਰੁਪਏ, 2 ਦਿਨ ਦਾ ਕਿੰਨਾ ਹੋ ਗਿਆ 20 ਰੁਪਏ, ਹੋਰ ਵਧਾ ਦਿਓ 40, 3 ਦਾ 60, 4 ਦਾ 80 ਅਤੇ 5 ਦਿਨ ਦਾ 100। ਕਿਸ ਤਰ੍ਹਾਂ ਪਤਾ ਕਰਨਾ ਹੈ ਇੱਥੇ ਲਿਖਦੇ ਅਸੀਂ 5 ਦਿਨ ਦਾ ਖਰਚ। ਦੇਖੋ ਇੱਕ ਦਿਨ ਦਾ ਕਿੰਨਾ ਹੈ 20 ਰੁਪਏ ਅਤੇ ਅਸੀਂ ਕਿੰਨੇ ਦਿਨ ਰਹਿਣਾ ਹੈ 5, ਅਸੀਂ 20 ਨਾਲ ਕਰਤੀ ਗੁਣਾ ਸਾਡੇ ਕੋਲ ਆ ਗਿਆ 20 ਪੰਜਾ 100, ਇਹ ਹੈਗਾ 100 ਰੁਪਏ। ਠੀਕ ਹੈ, ਫਿਰ ਦੁੱਧ ਦੇ ਲਈ ਰੋਜ਼ ਦਾ 4 ਰੁਪਏ ਹੈ, ਫਿਰ ਸਾਡੇ ਕੋਲ ਦੁੱਧ ਦਾ ਕੱਢਦੇ ਹਾਂ 5 ਦਿਨ ਦਾ ਖਰਚ। ਸੋ 5 ਦਿਨ ਦਾ ਖਰਚ ਕੀ ਆਉਂਦਾ ਸਾਡੇ ਕੋਲ, ਇੱਕ ਦਿਨ ਦਾ 4 ਰਹਿਣਾ 5 ਦਿਨ, ਅਸੀਂ 4 ਪੰਜੇ 20 ਰੁਪਏ। ਠੀਕ ਹੈ, ਹੁਣ ਅਸੀਂ ਕੱਢਣਾ ਹੈ ਕੁੱਲ ਖਰਚ। ਕੁੱਲ ਖਰਚ ਕਿ 5 ਦਿਨਾਂ ਵਿੱਚ ਸਾਡੇ ਕੋਲ ਕੁੱਲ ਜਿਹੜਾ ਖਰਚ ਕਿੰਨਾ ਆਉਂਦਾ ਹੈ। ਸਾਡੇ ਕੋਲ ਆ ਗਿਆ 100 ਜਮ੍ਹਾਂ 20 ਵਟਾ ਆ ਗਿਆ ਸਾਡੇ ਕੋਲ 0, 2, 1, 120 ਰੁਪਏ ਜਿਹੜਾ ਸਾਡੇ ਕੋਲ ਆਂਸਰ ਜਿਹੜਾ ਸਾਡਾ ਉਹ ਆ ਜਾਂਦਾ ਹੈ। ਠੀਕ ਹੈ ਜੀ, ਫਿਰ ਸਾਡੇ ਕੋਲ ਸਵਾਲ ਨੰਬਰ ਆਉਂਦਾ ਹੈ 8, ਜਿਸ ਸਾਡੇ ਕੋਲ ਲਿਖਿਆ ਕਿ ਕਿਸੇ ਟੈਕਸੀ ਡਰਾਈਵਰ ਨੇ ਆਪਣੀ ਗੱਡੀ ਦੀ ਪੈਟਰੋਲ ਟੈਂਕੀ ਵਿੱਚ ਸੋਮਵਾਰ ਨੂੰ 40 ਲੀਟਰ ਪੈਟਰੋਲ ਭਰਵਾਇਆ। ਇੱਥੇ ਨਾਲ ਹੀ ਲਿਖ ਲੈਂਦੇ ਅਸੀਂ ਸੋਮਵਾਰ ਪੈਟਰੋਲ ਭਰਵਾਇਆ। ਠੀਕ ਹੈ, ਕਿੰਨਾ 40 ਲੀਟਰ। ਟੈਕਸੀ ਡਰਾਈਵਰ ਫਿਲਡ ਹਿਸ ਕਾਰ ਪੈਟਰੋਲ ਟੈਂਕ ਵਿਦ 40 ਲੀਟਰ ਔਫ ਪੈਟਰੋਲ ਔਨ ਮੰਡੇ। ਠੀਕ ਹੈ, ਸੋਮਵਾਰ ਦਾ ਕਹਿੰਦਾ ਸੀ 40 ਲੀਟਰ ਪੈਟਰੋਲ। ਫਿਰ ਲਿਖਿਆ ਸਾਡੇ ਕੋਲ ਅਗਲੇ ਦਿਨ ਉਸਨੇ ਟੈਂਕੀ ਵਿੱਚ 100 ਲੀਟਰ ਪੈਟਰੋਲ ਭਰਵਾਇਆ। ਦੀ ਨੈਕਸਟ ਡੇ ਮਤਲਬ ਕਿ ਮੰਡੇ ਤੋਂ ਬਾਅਦ ਸਾਡੇ ਕੋਲ ਕੀ ਆ ਜਾਏਗਾ, ਸੰਡੇ। ਫਿਲਡ ਦੇ ਟੈਂਕ ਮੰਡੇ ਤੋਂ ਬਾਅਦ ਸਾਡੇ ਕੋਲ ਕੀ ਆ ਜਾਏਗਾ, ਟਿਊਜ਼ਡੇ। ਮੰਡੇ ਦਿੱਤਾ ਹੋਇਆ ਸੀ ਨਾ ਸਾਡੇ ਕੋਲ, ਹਾਂਜੀ ਸੋਮਵਾਰ ਸੀ ਟਿਊਜ਼ਡੇ। ਅਗਲਾ ਦਿਨ ਆ ਗਿਆ ਸਾਡੇ ਕੋਲ ਟਿਊਜ਼ਡੇ, ਉਸਨੇ ਕਿੰਨਾ ਜਿਹੜਾ ਪੈਟਰੋਲ ਆ ਟੈਂਕ ਵਿੱਚ ਭਰਵਾਇਆ, 100 ਲੀਟਰ ਸਾਡੇ ਕੋਲ ਆ ਗਿਆ। ਜਾਂ ਤਾਂ ਅਗਲੇ ਦਿਨ ਲਿਖ ਲਓ ਜਾਂ ਮੰਗਲਵਾਰ ਲਿਖ ਲਓ। ਠੀਕ ਆ, ਵੈਸੇ ਸਾਨੂੰ ਅਗਲੇ ਦਿਨ ਦਿੱਤਾ, ਅਸੀਂ ਅਗਲੇ ਦਿਨ ਹੀ ਲਿਖ ਲੈਂਦੇ ਹਾਂ। ਅਗਲੇ ਦਿਨ ਪੈਟਰੋਲ ਭਰਵਾਇਆ ਕਿੰਨਾ, 100 ਲੀਟਰ। ਠੀਕ ਹੈ, ਫਿਰ ਸਾਨੂੰ ਦਿੱਤਾ ਹੈ ਜੇਕਰ ਪੈਟਰੋਲ ਦਾ ਮੁੱਲ 50 ਰੁਪਏ ਪ੍ਰਤੀ ਲੀਟਰ ਹੋਵੇ ਤਾਂ ਉਸਨੇ ਪੈਟਰੋਲ 'ਤੇ ਕੁੱਲ ਕਿੰਨੇ ਖਰਚ ਕੀਤੇ, ਕਿੰਨੇ ਰੁਪਏ ਜਾਂ ਕਿੰਨਾ ਖਰਚ ਕੀਤਾ। ਲਿਖੋ ਇਸ ਦਾ ਪੈਟਰੋਲ ਕੋਸਟ ਰੂਪੀਜ਼ 50 ਪਰ ਲੀਟਰ, ਮਤਲਬ ਕਿ 1 ਲੀਟਰ ਕਿੰਨੇ ਦਾ, 50 ਰੁਪਏ ਦਾ, ਤਾਂ ਦੱਸੋ ਉਸਨੇ ਟੋਟਲ ਕਿੰਨਾ ਖਰਚ ਕੀਤਾ। ਇੱਥੇ ਅਸੀਂ ਪਹਿਲਾਂ ਕੱਢਾਂਗੇ 40 ਲੀਟਰ ਸੀ, 100 ਲੀਟਰ ਸੀ 2 ਦਿਨ ਦਾ ਕੁੱਲ ਪੈਟਰੋਲ। ਕੁੱਲ ਪੈਟਰੋਲ ਜਿਹੜਾ ਸਾਡੇ ਕੋਲ ਕਿੰਨਾ ਬਣ ਗਿਆ, ਟੋਟਲ ਮਤਲਬ ਕਿ ਪੈਟਰੋਲ ਦਾ ਕਿੰਨਾ ਆ ਗਿਆ ਸਾਡੇ ਕੋਲ, 140 ਲੀਟਰ ਪੈਟਰੋਲ ਜਿਹੜਾ ਅਸੀਂ ਉੱਥੋਂ ਲਿਆ। ਫਿਰ ਦੇਖੋ 1 ਲੀਟਰ ਪੈਟਰੋਲ, 1 ਲੀਟਰ ਦਾ ਜਿਹੜਾ ਪੈਟਰੋਲ ਆ ਉਹ ਸਾਡੇ ਕੋਲ ਕਿਹਦੇ ਬਰਾਬਰ ਆਉਂਦਾ ਹੈ, 50 ਰੁਪਏ ਦੇ ਬਰਾਬਰ। ਠੀਕ ਹੈ,
ਅਸੀਂ ਕੱਢਣਾ ਹੈ 140। ਹੁਣ ਧਿਆਨ ਰੱਖਣਾ ਜਦੋਂ ਸਾਡੇ ਕੋਲ ਇੱਕ ਦਾ ਰੇਟ ਦਿੱਤਾ ਹੋਵੇ ਤੇ ਅਸੀਂ ਜ਼ਿਆਦਾ ਦਾ ਕੱਢਣਾ ਹੋਵੇ ਤਾਂ ਹਮੇਸ਼ਾ ਅਸੀਂ ਗੁਣਾ ਕਰਦੇ ਹਾਂ, ਮਤਲਬ ਕਿ ਛੋਟੀ ਤੋਂ ਵੱਡੀ ਸੰਖਿਆ ਵਿੱਚ ਜਾਣਾ ਹੈ ਤਾਂ ਅਸੀਂ ਗੁਣਾ ਕਰਕੇ ਜਾਂਦੇ ਹਾਂ। 140 ਲੀਟਰ ਪੈਟਰੋਲ ਬਰਾਬਰ ਆ ਜਾਏਗਾ ਸਾਡੇ ਕੋਲ 140 ਗੁਣਾ 50 ਸਾਡੇ ਕੋਲ ਆ ਗਿਆ। ਦੇਖੋ ਹੁਣ ਇਸਦੀ ਗੁਣਾ ਕਿੱਦਾਂ ਕਰਨੀ ਹੈ, ਲਿਖਣ ਦੀ ਲੋੜ ਨਹੀਂ ਹੈ ਗੁਣਾ ਕਰਨ ਦੇ ਲਈ। ਪਹਿਲਾਂ ਜ਼ੀਰੋ ਦੇਖੋ ਕਿੰਨੀਆਂ ਹਨ, ਦੋ ਜ਼ੀਰੋ ਹਨ ਨਾ ਸਾਡੇ ਕੋਲ, ਅਸੀਂ ਦੋ ਜ਼ੀਰੋ ਜਿਹੜੀਆਂ ਆਂਸਰ ਦੇ ਵਿੱਚ ਲਗਾਉਂਦੇ ਹਾਂ, ਲੱਗ ਗਈਆਂ। ਹੁਣ ਸੰਖਿਆਵਾਂ ਬਚ ਗਈਆਂ 5 ਅਤੇ 14। ਹੁਣ 5 ਨੂੰ 14 ਨਾਲ 4 ਨਾਲ ਗੁਣਾ ਕਰੋ, 5 ਚੌਕਾ 20, 0 ਆ ਗਿਆ। ਦੋ ਆਂਸਰ ਬਚਿਆ ਸਾਡੇ ਕੋਲ ਇੱਧਰ, 5 ਕੰਮ 5 ਅਤੇ 2 7, ਸਾਡੇ ਕੋਲ ਆ ਗਿਆ 7,000। ਇਹਦਾ ਮਤਲਬ ਕਿ 140 ਲੀਟਰ ਪੈਟਰੋਲ ਕਿੰਨੇ ਦਾ ਹੋਇਆ, 7,000 ਰੁਪਏ ਦਾ। ਠੀਕ ਹੈ, ਇਹ ਸਾਡੇ ਕੋਲ ਕੀ ਆ ਜਾਂਦਾ ਹੈ, ਇਸਦਾ ਆਂਸਰ ਜਿਹੜਾ ਉਹ ਆ ਜਾਂਦਾ ਹੈ। ਫਿਰ ਦੇਖੋ ਸਵਾਲ ਨੰਬਰ ਸਾਡੇ ਕੋਲ ਆਉਂਦਾ ਹੈ 9, ਜਿਸ ਵਿੱਚ ਇੱਕ ਪੈਟਰਨ ਜਿਹੜਾ ਸਾਡੇ ਕੋਲ ਦਿੱਤਾ ਹੋਇਆ ਹੈ ਦੇਖੋ, ਅਤੇ ਉਸਨੂੰ ਅਸੀਂ ਪੂਰਾ ਕਰਨਾ ਹੈ। ਸਭ ਤੋਂ ਪਹਿਲਾਂ ਦੇਖੋ ਸਾਡੇ ਕੋਲ ਇਸ ਚੀਜ਼ ਨੂੰ ਦੇਖ ਲਓ, 9, 8, 9, 8, 7, 9, 8, 7, 9, 8, 7, 6, 9, 8, 7, 6, 5। ਦੇਖੋ ਹਮੇਸ਼ਾ ਇੱਕ ਸੰਖਿਆ ਵੱਧ ਰਹੀ ਹੈ ਪਰ ਜੋ ਨਾਲ ਦਿੱਤੀ ਹੈ ਉਸ ਤੋਂ ਘੱਟ ਰਹੀ ਹੈ। 9 ਸੀ ਸੰਖਿਆ ਵਧੀ, 9 ਤੋਂ 8 ਆ ਗਿਆ ਛੋਟੀ ਹੋ ਗਈ ਸੰਖਿਆ, ਫਿਰ 8 ਸੀ 8 ਤੋਂ ਛੋਟੀ 7 ਹੋ ਗਈ, 7 ਤੋਂ ਛੋਟੀ 6, 6 ਤੋਂ ਛੋਟੀ 5। ਹੁਣ ਇਸ ਤੋਂ ਅੱਗੇ ਸਾਨੂੰ ਕਲੀਅਰ ਹੈ ਕੀ ਆਏਗਾ, 9, 8, 7, 6, 5, 5 ਤੋਂ ਛੋਟਾ 4, ਫਿਰ ਅੱਗੇ ਦਿੱਤਾ ਹੋਇਆ 9, 8, 7, 6, 5, 4, 4 ਤੋਂ ਛੋਟਾ 3 ਹੈ। ਇਹ ਸਾਈਡ ਦੇਖੋ 1 × 8 = 1, ਫਿਰ 12 × 8 = 2। ਸੋ ਗੁਣਾ 'ਚ ਦੇਖੋ ਸਾਡੇ ਕੋਲ ਕੀ ਪਿਆ ਹੈ, ਗੁਣਾ 'ਚ ਹਮੇਸ਼ਾ ਸਾਡੇ ਕੋਲ ਕੀ ਆ ਰਿਹਾ, 8, 8 ਹੀ ਆ ਰਿਹਾ ਹੈ। ਇਹਦਾ ਮਤਲਬ ਗੁਣਾ ਤੋਂ ਬਾਅਦ ਤਾਂ ਸਾਡੇ ਕੋਲ ਆਏਗਾ 8, ਦੋਵਾਂ ਜਗ੍ਹਾ 'ਤੇ 8 ਆ ਗਿਆ ਸਾਡੇ ਕੋਲ, ਦੋਵਾਂ ਜਗ੍ਹਾ 'ਤੇ ਅਸੀਂ 8 ਫਿੱਲ ਕਰਤਾ। ਫਿਰ ਦੇਖੋ ਪਲੱਸ 'ਚ ਕੀ ਹੋ ਰਿਹਾ, 1, 2, 3, 4, 5, 1, 2, 3, 4, 5, ਦੈਨ ਆਪਾਂ ਪਲੱਸ ਕਰਾਂਗੇ 6, ਫਿਰ ਕਰਾਂਗੇ 7, ਕਲੀਅਰ। ਫਿਰ ਦੇਖੋ 1, 1 ਦੇ ਨਾਲ ਉਸ ਤੋਂ ਅਗਲਾ ਨੰਬਰ ਆ ਗਿਆ 2, 1, 2, ਫਿਰ ਅਗਲਾ ਨੰਬਰ 2 ਤੋਂ ਬਾਅਦ 3, 1, 2, 3, 4, 1, 2, 3, 4, 5, ਐਂਡ 1, 2, 3, 4, 5, ਦੈਨ 6। ਹੁਣ 6 ਤੋਂ ਬਾਅਦ 1, 2, 3, 4, 5, 6 ਐਂਡ 7। ਠੀਕ ਹੈ, ਧਿਆਨ ਰੱਖੋ ਕਿ ਜੋ ਸਾਡੇ ਕੋਲ ਇੱਧਰ ਇਕਾਈ ਅੰਕ ਹੈ, ਲਾਸਟ ਅੰਕ ਹੈ, ਉਹੀ ਇੱਧਰ ਬਣਦੀ ਹੈ। ਇੱਥੇ ਦੇਖੋ 2, 2, 3, 3, 4, 4, 5, 5, 6, 6, 7 ਅਤੇ 7, ਇਹ ਸਾਡੇ ਕੋਲ ਪੈਟਰਨ ਜਿਹੜਾ ਉਹ ਕੰਪਲੀਟ ਹੁੰਦਾ ਹੈ। ਫਿਰ ਸਵਾਲ ਨੰਬਰ ਦੱਸ ਦਿੱਤਾ ਹੈ, ਵਿਤਰਣ ਗੁਣਾ ਦੀ ਜਾਂ ਵਿਤਰਣ ਗੁਣ ਦੀ ਵਰਤੋਂ ਕਰਕੇ ਮੁੱਲ ਪਤਾ ਕਰੋ ਯੂਜਿੰਗ ਡਿਸਟ੍ਰੀਬਿਊਸ਼ਨ ਪ੍ਰੋਪਰਟੀ, ਸੋ ਫਾਇੰਡ ਦਾ ਵੈਲਿਊ ਦਾ ਫੋਲੋਇੰਗ। ਡਿਸਟ੍ਰੀਬਿਊਸ਼ਨ ਪ੍ਰੋਪਰਟੀ ਸਾਡੇ ਕੋਲ ਹੈਗੀ ਆ, ਡਿਸਟ੍ਰੀਬਿਊਟਿਵ ਪ੍ਰੋਪਰਟੀ ਜਿਹੜੀ ਸਾਡੇ ਕੋਲ ਲੱਗੇਗੀ ਉਹ ਸਾਡੇ ਕੋਲ ਹੁੰਦੀ ਹੈ ਏ ਡੋਟ ਬੀ ਪਲੱਸ ਸੀ। ਇਹਦਾ ਮਤਲਬ ਸਾਡੇ ਕੋਲ ਗੁਣਾ ਹੋ ਗਿਆ। ਠੀਕ ਹੈ, ਮਤਲਬ ਕਿ ਇੱਕ ਸੰਖਿਆ ਬਾਹਰ ਰਹਿੰਦੀ ਹੈ, ਬ੍ਰੈਕਟ ਵਿੱਚ ਦੋ ਸੰਖਿਆ ਜਿਹੜੀਆਂ ਉਹ ਜੋੜ ਦੇ ਵਿੱਚ ਆਉਂਦੀਆਂ ਹਨ। ਇਹਦਾ ਮਤਲਬ ਅਸੀਂ 728 ਨੂੰ ਇਸ ਤਰ੍ਹਾਂ ਹੀ ਲਿਖਦੇ ਹਾਂ, ਅਤੇ ਜਿਹੜਾ ਨਾਲ ਗੁਣਾ 'ਚ 101 ਦਿੱਤਾ ਹੈ ਉਸਨੂੰ ਅਸੀਂ ਜੋੜ ਦੇ ਵਿੱਚ ਕਿੱਦਾਂ ਲਿਖਾਂਗੇ, 100 + 1 ਹੋ ਗਿਆ ਨਾ ਕਲੀਅਰ। ਸਾਡੇ ਕੋਲ ਲੱਗ ਗਈ ਡਿਸਟ੍ਰੀਬਿਊਟਿਵ ਪ੍ਰੋਪਰਟੀ, ਸੋ ਇਹ ਸਾਡੇ ਕੋਲ ਆ ਗਿਆ 728 ਨੂੰ ਪਹਿਲਾਂ ਗੁਣਾ ਹੋਏਗੀ, ਸੋਰੀ 728 ਗੁਣਾ 100, ਫਿਰ ਆਏਗਾ ਸਾਡੇ ਕੋਲ ਪਲੱਸ 728 ਗੁਣਾ 1, ਇਹ ਸਾਡੇ ਕੋਲ ਆ ਗਿਆ 728, ਨਾਲ 2 0 ਨੇ ਸਾਡੇ ਕੋਲ, ਨਾਲ 2 0 ਲੱਗ ਗਈਆਂ ਸਾਡੇ ਕੋਲ, ਇਹ ਆ ਗਿਆ 728 ਨੂੰ 1 ਨਾਲ ਗੁਣਾ ਕੀਤੀ। 1 ਨਾਲ ਕਿਸੇ ਵੀ ਸੰਖਿਆ ਨੂੰ ਗੁਣਾ ਕਰਾਂਗੇ ਤਾਂ ਸਾਡੇ ਕੋਲ ਉਹ ਸੰਖਿਆ ਹੀ ਉਸਦਾ ਜਿਹੜਾ ਉੱਤਰ ਆ ਜਾਂਦੀ ਹੈ, ਮਤਲਬ ਕਿ ਸਾਡੇ ਕੋਲ ਆ ਜਾਏਗਾ 728। ਹੁਣ ਜੋੜਨਾ ਹੈ ਅਸੀਂ, ਦੇਖੋ 28 ਅਗਾਈ ਦਾ ਅੰਕ ਹੈ ਸਾਡੇ ਕੋਲ, ਅਤੇ ਇਸ ਸਾਈਡ ਦੇ ਸਾਡੇ ਕੋਲ 0 ਹੈ, 8 + 0 ਜੋੜਦੇ ਸਾਡੇ ਕੋਲ ਆ ਗਿਆ 8, ਫਿਰ ਅਸੀਂ 2 + 0 ਜੋੜਦੇ ਹਾਂ ਸਾਡੇ ਕੋਲ ਆ ਗਿਆ 2, ਫਿਰ ਸਾਡੇ ਕੋਲ 7 ਅਤੇ 8, ਤੀਜਾ ਅੰਕ 7 ਹੈ ਇੱਧਰ, ਤੀਸਰਾ ਅੰਕ 8 ਹੈ, 7 ਅਤੇ 8 ਨੂੰ ਜੋੜਿਆ 8 + 7 = 15, ਸਾਡੇ ਕੋਲ ਆ ਗਿਆ 5, 1 ਬਚ ਗਿਆ ਹਾਂਸਲ। ਠੀਕ ਹੈ, ਧਿਆਨ ਰੱਖਣਾ ਕਿ 1 ਸਾਡੇ ਕੋਲ ਹਾਂਸਲ ਹੈ। ਫਿਰ ਦੇਖੋ 7 ਖਤਮ ਹੋ ਗਿਆ ਜਾਂ ਇਹ ਵਾਲੀ ਸੰਖਿਆ ਜਿਹੜੀ ਖਤਮ ਹੋ ਗਈ, ਇਹ ਸੰਖਿਆ ਦੇ 3 ਅੰਕ ਵੀ ਜਿਹੜੇ ਉਹ ਖਤਮ ਹੋ ਗਏ। ਹੁਣ ਇੱਥੇ ਆਏਗਾ 2, 2 ਅਤੇ ਉੱਪਰ ਸਾਡੇ ਕੋਲ ਹਾਂਸਲ ਕਿੰਨਾ ਪਿਆ 1, 2 + 1 ਹੋ ਗਿਆ 3, ਅਤੇ 1 ਸੰਖਿਆ ਰਹਿ ਗਈ ਸਾਡੇ ਕੋਲ 7, ਓਨਲੀ 7 ਬਚਿਆ ਸੀ, ਸਾਡੇ ਕੋਲ ਆਂਸਰ ਆ ਗਿਆ 7, 3, 5, 8, 5, 2, 8, ਜਿਹੜਾ ਸਾਡੇ ਕੋਲ ਆਂਸਰ ਆ ਜਾਂਦਾ। ਫਿਰ ਦੇਖੋ ਇਸ ਸਵਾਲ ਨੂੰ ਕਰਦੇ ਹਾਂ, ਸਾਡੇ ਕੋਲ ਆਏਗਾ 4, 2, 7, 5 ਗੁਣਾ 125 ਨੂੰ ਕਿੱਦਾਂ ਲਿਖਾਂਗੇ, 100 + 25, ਫਿਰ ਅਸੀਂ ਲਿਖਿਆ 4, 2, 7, 5 ਗੁਣਾ ਪਹਿਲਾਂ 100 ਦੇ ਨਾਲ, ਫਿਰ ਸਾਡੇ ਕੋਲ ਪਲੱਸ ਆਏਗਾ, ਫਿਰ 4, 2, 7, 5 ਗੁਣਾ ਆ ਜਾਏਗਾ ਸਾਡੇ ਕੋਲ 25। ਠੀਕ ਹੈ, ਇਸ ਨੂੰ ਅਸੀਂ ਕਿਸ ਤਰ੍ਹਾਂ ਕਰਦੇ ਹਾਂ, ਹੁਣ 4, 2, 7, 5 ਨਾਲ ਸਾਡੇ ਕੋਲ 2 0 ਵਾਲੀ ਸੰਖਿਆ ਪਈ ਹੈ, ਇਸ ਨੂੰ ਅਸੀਂ ਲਿਖ ਦਾਂਗੇ 4, 2, 7, 5, 0, 0। ਠੀਕ ਹੈ,
हम 25 नौ से इतना गुणा करनी है। जो तो 25 नौ गुणा करांगे तो किस तरह करनी है ध्यान रखो, जहाँ तक गुणा करके चेक कर लो तुसीं, ते पर मैं थानू दसांगा कि किस तरह से करते हैं। 25 का पहाड़ा सौखा ही होंगे साढ़े को, 25 50 75 100 125 इदा 25 25 करके असीं वधी जाना है। सो 25 नूं 5 नाल गुणा करांगे, मतलब 25 5 आ गया साढ़े को 125, जिस से साढ़े को 5 लग जाएगा। चलो आपां इसदी ना गुणा कर लैंदे हां, बिकॉज ऑफ साडी जिहड़ी क्लास आ ओह छोटी है, हो सकदा थानू कोई प्रॉब्लम आ जाए। उसे करते हैं 4 2 7 5 गुणा किन्ना करनी है असीं इसनूं, साढ़े को है 25, 5 5 25, 2 आंसर आ गया साढ़े को, 5 7 35 36 37 7, फिर साढ़े को आंसर बन गया 3, 5 2 10 ते 3 13, 1 आंसर आ गया साढ़े को हुण, 5 चौका 20 तां 1 21 आ जाएगा। फिर आंदा साढ़े को 2 5 10, 1 आंसर, 2 7 14 ते 1 15, फिर 1 आंसर, 2 2 4 ते 1 5, फिर आंदा साढ़े को 2 चौके 8। सो साढ़े को की बनता है 5 7, 5 3 किन्ना आ गया साढ़े को 8, 5 1 6, 8 2 10, साढ़े को आ गया 1 0 6 8 7 5, तो इसलिए साढ़े को इधर की बन जाता है, देखो ये साढ़े को आना है 1 0 6 8 7 5। हुण असीं की करना है इसका जिहड़ा कि दोवें संख्यावां दा जोड़ करना है, ठीक है, जोड़ करदे आं असीं 4 2 7 5 0 0 प्लस करना है असीं 1 0 6 8 7 5, जोड़ करदे असीं साढ़े को आ गया 5, फिर आ गया साढ़े को 7 0 जोड़ी 7, 8 ते 5 साढ़े को आ गया 13, फिर 1 आंसर, 7 ते 6 13 ते 1 14, फिर साढ़े को 1 आंसर आ गया, 2 ते 1 3, 4 ते 1 5, साढ़े को आ गया 5 3 4 3 7 5, जिहड़ा साढ़े को आंसर है वो आ जाता है। फिर साढ़े को सवाल नंबर आता है 11, जिस विच लिखा है दो संख्या अजिहियां संख्यावां लिखो जिन्हां नूं एक वर्ग के रूप में दर्शाया जा सकता है, उदाहरण 4 नूं इस तरह दर्शाया जा सकता है। देखो 4 बिंदियां दित्तियां हुई ने साढ़े को, 1 2 3 4, 4 नूं इस तरह दर्शाता वर्ग के रूप में, मतलब कि देखो 4 नूं दर्शाउणा है, 2 इस तरह आ गया साढ़े को, 2 ही इस तरह आ गईआं बिंदियां, ठीक है, इस तरह पूरा असीं जिन्नियां बिंदियां साढ़े को इस तरह लेटवीं दार नूं उन्नियां ही खड़वीं दार नूं साडीआं जिहड़ियां बिंदियां उह आणियां चाहीदियां हन। रोज़ अते कॉलम दे विच साडे कोल जिहड़ियां बिंदियां है उह बराबर बराबर होणियां चाहीदियां हन। सो साडे कोल किस तरह आउंदा, देखो किन्नियां उदाहरणां लिखणियां असीं, दो जिहियां संख्यावां लिखणियां हन, असीं लिखदे हां 9, ठीक है। हुण 9 दा वर्ग मतलब कि असीं लभांगे कि कि संख्या जिस नूं 2 वारी गुणा करन ते 9 आउंदा है। सो 33 साडे कोल की बणदा है 9, ठीक है। सो देखो 3 बिंदियां पहलां असीं इस तरह बणाईआं, फिर 3 नीचे आ गईआं साडे कोल, ते फिर साडे कोल इस तरह 3 बिंदियां आ जांदियां हन। देखो बण गईआं ना साडे कोल उस तरहां दीआं ही, फिर 3 ही इस तरह आ गईआं, 3 ही इस तरह आ रहीआं हन, 3 × 3, ठीक है, 3 ही इस तरह, 3 ही इस तरह। फिर लिखदे आं असीं 4, 4 × 4 करो साढ़े को आएगा 16, ठीक है। हुण मतलब कि साढ़े को 16 हैगा आ, जिसका वर्ग किन्ना साढ़े को 4, उसका वर्गमूल है, तो 4 का वर्ग किन्ना है साढ़े को 16। हुण साढ़े को 4 × 4 है, मतलब कि असीं 4 बिंदियां पहलां लगावांगे, तो इन्हां नूं इस तरह किन्नी बार लगावांगे, 4 वारी, ठीक है। मतलब कि जे सिंपल तुसीं करना है साढ़े को इस तरह की चीज़ बनानी है, तुसीं करना 3 बिंदियां ला लो, फिर 3 लगा लो, फिर 3 लगा लो, हो गया ना 3 3 पूरी इस तरह हो गया, 4 4 लगा लो, फिर 5 दी गल आंदी 5 लगा के, फिर उसनूं 5 वारी लाइना 5 वार जिहड़ियां कि बिंदियां असीं डॉट्स लगा लैणे हन। फिर अगला सवाल है, दो अजिहियां संख्यावां लिखो जिन्हां नूं इक आयत दे रूप विच दर्शाया जा सकदा है। देखो ये साढ़े को वर्ग बन गया ना इस तरह, जिस दीआं सारीआं भुजावां साढ़े को बराबर हुंदीआं हन, आयत दे रूप विच दर्शाना है। हुण असीं उदाहरण 6 नूं इस तरह दर्शाया जा सकदा है, तो उदाहरण 6 साढ़े को उदाहरण दित्ती है कि 6 नूं असीं इस तरह दर्शाया, देखो 1 2 3 4 5 6, 1 2 3 4 5 6, ठीक है। हुण देखो दोवां 'च फर्क की है, पहले सवाल दे ते हुण वाले 'च, पहला जिहड़ा सवाल सी उहदे विच असीं जिहड़ी शेप सी उह इस तरह पूरी असीं इक वर्गाकार बणाउंदे सी, ठीक है। हुण जिहड़ी शेप साढ़े को इस तरह बण रही है, एक पासे लंबी बण रही थोड़ी, ते एक पासे थोड़ा जिहड़ा आकार आ साढ़े को
छोटा पै रहा है। ठीक है, तो हुण असीं की करदे हाँ, असीं लैंदे हाँ 8। 8 नूं असीं किस तरह दर्शाउंदे हाँ, देखो 1 2 3 4 हो गई, चार साढ़े को। फिर नीचे 1 2 3 4, साढ़े को 8 बन गई पूरिया। देखो इस तरह की शेप बन गई ना साढ़े को, आ बन गया साढ़े को। ठीक है, हुण फिर इसनों असीं किदां दर्शा सकते हैं, 1 2 3 4 5 6 7 ते 8। ठीक है, फिर साढ़े को यह जी जी एक आयताकार शेप जी वो तैयार हो जाती है। फिर साढ़े को आता है, ले लें असी 10। 10 में दर्शाना है असी 1 2 3 4 5, फिर 1 2 3 4 5। ठीक है, आयताकार शेप होगी साढ़े को। दूसरा किस तरह, 1 2 3 4 5 6 7 8 9 10। ठीक है, ये साढ़े को इस तरह दोवें शेप जड़ियाँ उदाहरण आया साढ़े को जी वो तैयार हो जाती हैं। सो ये साढ़े को साड़ी जमात 6वीं दी क्लास 6 दी वर्कशीट 3। सो सारे बच्चे ने बहुत ही ध्यान दे नाल पढ़ना है, तो वधिया वधिया अपने पेपर पाने हैं। सो सारे नूं शुभ शाम, गुड लक।